ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਇਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਮੋਦੀ ਸਰਕਾਰ ਨੂੰ ਲੱਗਾ ਵੱਡਾ ਝਟਕਾ ਆਈ ਇਹ ਤਾਜ਼ਾ ਵੱਡੀ ਖਬਰ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕੇਨ ਸਰਕਾਰ ਦੀਆਂ ਦੇਖ ਦੇ ਅੰਦਰ ਮੁਸ਼ਕਲਾਂ ਵਧੀਆਂ ਹੋਣਾਂ ਨਜ਼ਰ ਆ ਰਹੀਆਂ ਹਨ ਤੇ ਜਿੱਥੇ ਕਿਸਾਨਾਂ ਵੱਲੋਂ ਨਵੇਂ ਰੂਪ ਵਿੱਚ 26 ਨਵੰਬਰ ਤੋਂ ਸ਼ੁਰੂ ਹੋਇਆ ਖੇਤੀ ਅੰਦੋਲਨ ਇੱਕ ਵੱਡੇ ਸੰਘਰਸ਼ ਦਾ ਰੂਪ ਧਾਰਨ ਕਰਕੇ ਕੇਂਦਰ ਸਰਕਾਰ ਨੂੰ ਢਾਹ ਲਾ ਰਿਹਾ ਹੈ ਤੇ ਉੱਥੇ ਹੀ ਇਸ ਖੇਤੀ ਅੰਦੋਲਨ ਦੇ ਵਿੱਚ ਦੇਖਦੇ ਨਾ ਨਾਲ ਵਿਦੇਸ਼ਾਂ ਤੋਂ ਵੀ ਵੱਡੀਆਂ ਸ਼ਖਸੀਅਤਾਂ ਵੱਲੋਂ ਇਸ ਖੇਤੀ ਅੰਦੋਲਨ ਨੂੰ ਸਮਰਥਨ ਪ੍ਰਾਪਤ ਹੋਣਾ ਕੇਂਦਰ ਸਰਕਾਰ ਦੇ ਲਈ ਇੱਕ ਵੱਡੀ ਨਖੇਦੀ ਗਵਾਲੀ ਗੱਲ ਬਣ ਚੁੱਕੀ ਹੈ ਤੇ ਪਰ ਹੁਣ ਪੰਜਾਬ ਦੇ ਸੂਬੇ ਤੋਂ ਇੱਕ ਵੱਡੀ ਸੱਟ ਭਾਪਾ ਪਾਰਟੀ ਨੂੰ ਆਉਣ ਲੱਗੀ ਹੈ ਜਿਸ ਦਾ ਕਾਰਨ ਭਾਰਤੀ ਜਨਤਾ ਪਾਰਟੀ ਦੀ ਸੂਬਾਈ ਮਹਿਲਾ ਮੋਰਚਾ ਟੀਮ ਹੈ ਭਾਜਪਾ ਦੀ ਪੰਜਾਬ ਸੂਬੇ ਦੀ ਮਹਿਲਾ ਮੋਰਚਾ ਟੀਮ ਨੇ ਕੇਨ ਸਰਕਾਰ ਵੱਲੋਂ ਸੋਧ ਕਰਕੇ ਜਾਰੀ ਕੀਤੇ ਨਵੇਂ ਖੇਤੀ ਕਾਨੂੰਨਾਂ ਦੀ ਜਮਕੀਨ ਖੇਧੀ ਕੀਤੀ ਹੈ ਤੇ ਜਿਸ ਵਿੱਚ ਇਸ ਸਬੰਧੀ ਮਹਿਲਾ ਮੋਰਚਾ ਟੀਮ ਦੇ ਇੱਕ ਮੀਟਿੰਗ ਵੀ ਕੀਤੀ ਜਿਸ ਵਿੱਚ ਭਾਜਪਾ ਦੇ ਮਹਿਲਾ ਸਸ਼ਕਤੀਕਰਨ ਮੋਰਚੇ ਦੀ ਸੂਬਾਈ ਇੰਚਾਰਜ ਬੀਬੀ ਨਰਿੰਦਰ ਕੌਰ ਗਿੱਲ ਨੇ ਭਾਜਪਾ ਦੇ ਸਾਰੇ ਅਧਿਕਾਰੀਆਂ ਤੋਂ ਅਸਤੀਫਾ ਦੇਣ ਦਾ ਵੱਡਾ ਐਲਾਨ ਕਰ ਦਿੱਤਾ ਇਸ ਤੋਂ ਇਲਾਵਾ ਪਟਿਆਲਾ ਤੋਂ ਮਹਿਲਾ ਮੋਰਚਾ ਜਰਨਲ ਸਕੱਤਰ ਸੁਕੰਤਲਾ ਬਾਜਬਾ ਮਹਿਲਾ ਮੋਰਚੇ ਦੀ ਕੈਸ਼ੀਅਰ ਜੰਗੀਰ ਕੌਰ ਅਤੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਕਨਵੀਨਰ ਅਨੀਤਾ ਰਾਣੀ ਅਤੇ ਪ੍ਰਾਜੋਤ ਕੌਰ ਨੇ ਵੀ ਕੇਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਭਾਪਾ ਮਹਿਲਾ ਮੋਰਚੇ ਦੇ ਨਾਲ ਸਬੰਧਤ ਹੋਰ ਔਰਤਾਂ ਵੀ ਅਸਤੀਫੇ ਦੇਣ ਗਿਆ ਇਹ ਵੱਡੇ ਐਲਾਨ ਜੋ ਕਿ ਕੀਤੇ ਗਏ ਹਨ ਤੁਸੀਂ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਦਿਆ ਕਰੋ ਧੰਨ